So
ਖੁੱਲੇ ਸ੍ਰੀ ਸਹਿਜ ਪਾਠ ਗ੍ਰਹਿ ਵਿਖੇ ਆਰੰਭ ਕੀਤੇ। ਗੁਰਬਾਣੀ ਆਤਮ ਵਰਤ ਸੰਪੂਰਨ ਤਾਈ ਸਹਿਜ ਪਾਠ ਦੇ ਭੋਗ ਪਾਏ। ਗਰੀਬ ਨਿਵਾਰ ਪਰਸੋਂ ਰੋਜ਼ ਤੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਲੜੀ ਚੱਲੀ। ਆਪ ਜੀ ਦੀ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀਓ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਏ। ਗਰੀਬ ਨਿਵਾਰ ਸਹਿਜ ਪਾਠ ਦੇ ਭੋਗ ਪਏ। ਗੁਰੂ ਕੁਮਾਰ ਜੀਓ ਉਪਰੰਤ ਆਪ ਜੀ ਦੀ ਹਜ਼ੂਰੀ ਕੇ ਅੰਦਰ ਦੀਵਾਨ ਸਜੇ। ਸਜੇ ਹੋਏ ਦੀਵਾਨਾਂ ਵਿੱਚ ਆਪ ਜੀਆਂ ਦੇ ਅਰਾਜੀ ਬਾਣੀ ਦੇ ਕੀਰਤਨ ਹੋਏ। ਛੇ ਪੌੜੀਆਂ ਨਾਨ ਸਾਹਿਬ ਜੀ ਦੇ ਪਾਠ ਹੋਏ, ਸਲੋਕ ਪੜ੍ਹੇ ਗਏ। ਗਰੀਬ ਨਿਵਾਰ ਸਹਿਜ ਪਾਠ ਕਰਦੇ ਹਾਂ, ਸੁਖਮਨੀ ਸਾਹਿਬ ਦੇ ਪੱਖੀ ਲੜੀਵਾਰ ਪਾਠ ਕਰਦੇ ਹਾਂ, ਕੀਰਤਨ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਸੇਵਾਵਾਂ ਪਾਉਂਦੇ ਹਾਂ। ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ ਨੇ, ਕਿਰਪਾ ਕਰਕੇ ਜੀ ਮਾਫੀ। ਅੱਗੇ ਤੋਂ ਮਾਫ ਤੇ ਸੁਧਾਰ ਰੱਖਣਾ। ਬਾਣੀ ਸਤਖੰਡ ਵਿਖੇ ਪ੍ਰਵਾਨ ਕਰਨੀ। ਗੁਰਬਾਣੀ ਦਾ ਭਾਵ ਸੱਚੇ ਪਾਤਸ਼ਾਹ ਜੀਓ ਬੱਚੇ ਨੂੰ ਲੰਬੀ ਆਯੂ, ਮਾਤਾ ਪਿਤਾ ਦੇ ਆਗਿਆਕਾਰੀ ਸਿੱਖੀ ਜੀਵਨ, ਵਿਦਿਆ ਦਾ ਦਾਨ ਰੱਖੇ ਨਿਹਾਲ ਕਰਨਾ। ਗਰੀਬ ਨਿਵਾਰ ਜੀਓ ਕਿਰਪਾ ਕਰਨੀ। ਜੋ ਮੰਗੈ ਠਾਕੁਰ ਅਗਨੇਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਸੱਚ ਹੋਵੇ। ਸੇਵਕਾਂ ਦੀਆਂ ਸ਼ੁਭ ਭਾਵਨਾਵਾਂ, ਮਨੋਕਾਮਨਾਵਾਂ ਗੁਰੂ ਅਨੁਸਾਰ ਪੂਰਨ ਕਰਨੀਆਂ। ਗਰੀਬ ਨਿਵਾਰ ਜੀਓ ਸੇਵ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੈਸ਼ਾਕੇ ਪਹਿਨਾਏ ਗਏ, ਆਪ ਜੀਆਂ ਨੇ ਅੰਗੀਕਾਰ ਕੀਤੇ। ਲੋਕ ਪ੍ਰਲੋਕ ਵਿੱਚ ਪੜ੍ਹਦੇ ਪਏ ਨੇ, ਇੱਜ਼ਤ ਤੇ ਮਾਣ ਰੱਖਣਾ ਨੇ। ਸੇਵ ਪਰਿਵਾਰ ਵੱਲੋਂ ਗੁਰੂ ਘਰ ਵਾਸਤੇ ਸੱਚੇ ਪਾਤਸ਼ਾਹ ਜੀ 1100 ਰੁਪਈਆ, ਕੀਰਤਨ ਭੇਟ 1100 ਰੁਪਈਆ, ਸੱਚੇ ਪਾਤਸ਼ਾਹ ਜੀ ਅਰਦਾਸ ਭੇਟ ਬਿਆਨ ਪਾਇਆ। ਗਰੀਬ ਨਿਵਾਰ ਕਿਰਪਾ ਕਰਨੀ, ਜਿਨ੍ਹਾਂ ਖਜ਼ਾਨਿਆਂ ਵਿੱਚੋਂ ਸੇਵਕਾਂ ਨੇ ਮਾਇਆ ਖਰਚ ਕੀਤੀ ਹੈ, ਖਜ਼ਾਨੇ ਭਰਪੂਰ ਕਰਨੇ, ਕਾਰਜ ਰਾਸ ਕਰਨੇ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁਹਿ ਸੰਦਾ, ਤੁਲ ਸਭ ਕਿਛੁ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਲਕ ਨਾ ਆਵਈ ਕੈ ਖਰਚ ਰਹਿੰਦਾ, ਲੱਖ ਚੁਰਾਸੀ ਮੇਲਰੀ ਸਭ ਸੇਵ ਕਰਾਂਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿਣ ਹੋਗੇ ਮੰਦਾ, ਜੇਕਰ ਕੋਈ ਨਾ ਪੁੱਛੇ ਜਾਂ ਹਰ ਪੁੱਛਦਾ। ਅਨੰਦ ਪਿਆਸ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਲ ਸਵਾਰਿਆ ਜਾਂ ਤੁਰ ਪਵਾਉਂਦਾ, ਸਭੇ ਕਾਲ ਸਵਾਰਿਆ ਜਾਂ ਤੁਰ ਪਵਾਉਂਦਾ। ਸੱਚੇ ਪਾਤਸ਼ਾਹ ਜੀ ਕਾਰਜ ਰਾਸ ਕਰਨੇ, ਸੇਵਕਾਂ ਦੀ ਸੇਵਾ ਥਾਏ ਪਾਉਣੀ, ਭੰਡਾਰੇ ਭਰਪੂਰ ਕਰਨੇ। ਗਰੀਬ ਨਿਵਾਰ ਜੀਓ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਆਪ ਦੀਆਂ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਰਕੇ ਜਪੇ, ਭੰਡਾਰੇ ਭਰਪੂਰ ਕਰਨੇ ਜੀ। ਫਿਰ ਕਰ ਵੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਰ ਕੀ ਕਰਤਾਰੇ। ਬਾਦਸ਼ਾਹ ਸ਼ਾਸਨ ਵਸ ਕਰ ਦੀਨੇ, ਅੰਮ੍ਰਿਤ ਨਾਮ ਹਰ ਸੀਨੇ, ਨੇਕੋ ਹੋਏ ਪ੍ਰਭੂ ਪਰਵਾਨ, ਸਾਧ ਸੰਗਤ ਕੀਨੋ ਦਾਨ, ਸ਼ਰਨ ਪਰੇ ਕਰ ਅੰਦਰ ਜਾਵੀ, ਨਾਨਕ ਓਟ ਪਗਲੀ ਕਰ ਸਾਨੀ। ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀਓ ਮੇਰਾ ਪ੍ਰਯਾਸ ਰੱਖਣਾ, ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਬਾਣੀ ਪੜ੍ਹਦੇ, ਨਾਮ ਜਪਣਦੇ, ਬਾਹਰ ਉਸਨੇ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਜੀ। ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਸੇਵਾ ਦੇ ਕੇ ਚਲਾਉਣੀ। ਆਪ ਜੀ ਕਰੋ ਕਿਰਪਾ, ਸੰਗਤਾਂ ਨੂੰ ਹੁਕਮ ਨਾਮੇ ਸੁਣਾ ਕੇ ਨਿਹਾਲ ਕਰੋ। ਗ੍ਰੰਥ ਸਾਹਿਬ ਗੁਰੂ ਪਿਆਰੀ ਦੇਣੇ, ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਨਾਮ ਚ ਤਿਆਰ ਹੈ, ਨਾਨਕ ਨਾਮ ਜਪੀ ਕਰਾਤੇ ਮਹੇਸ਼ਵਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਦਰ ਜੀ ਹਰੇਕ ਟੇਕ ਤੂੰ ਨਾਨਕ ਨਾਮ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭ ਨਾਂ ਦਾ ਰੇਸ਼ਾ ਸੁਖ
لا
بلے سونی حال بلے سونی حال ساری سنگت نو جی آیا نو گرو کا لنگر تیار ہے بھائی ساری سنگتاں نو بینتی ہے دربار والوں گرو کا لنگر تیار ہے ساری سنگتاں نے لنگر پانی چھک کے پھر آپ جی نے جانا ہے جی پھر دوبارہ پروار نو لکھ لکھ بدائی ہوئے جی واہ گرو جی کا خالصہ واہ گرو جی کی فتح